ਤੁਹਾਡੇ ਨਾਲ ਤੁਰ ਪੈਣਾ। ਫਿਰ ਜਿੱਦੇ ਆਪਣੀ ਲਾਮਬੰਦੀ ਐਡੀ ਵੱਡੀ ਹੋ ਗਈ, ਦਿੱਲੀ ਨੂੰ ਵੀ ਚੱਲਾਂਗੇ, ਇਹੋ ਜਿਹੀ ਗੱਲ ਨਹੀਂ ਹੈਗੀ, ਜਾਣਾ ਹੀ ਜਾਣਾ। ਆਪਾਂ ਨੂੰ ਇਹ ਪਤਾ ਪੰਜਾਬ 'ਚ ਬੈਠ ਕੇ ਆਪਾਂ ਹੱਲ ਨਹੀਂ ਹੋਣਾ, ਪਰ ਅੱਜ ਪੰਜਾਬ ਨੂੰ ਹੀ ਦਿੱਲੀ ਬਣਾਉਣਾ ਪੈਣਾ। ਇੱਕ ਵਾਰੀ ਪੰਜਾਬ ਨੂੰ ਦਿੱਲੀ ਬਣਾਵਾਂਗੇ ਅਤੇ ਫਿਰ ਦਿੱਲੀ ਵੱਲ ਕੂਚ ਕਰਾਂਗੇ। ਧੰਨਵਾਦ ਸਾਰਿਆਂ ਦਾ, ਗੱਲਾਂ 'ਤੇ ਮੇਰਾ ਵੀ ਅਮਲ ਕਰਕੇ ਕੱਲ੍ਹ ਨੂੰ। ਅੱਜ ਖੈਰ ਆਪ ਮੁਹਾਰੇ ਵੀ ਬਹੁਤ ਮੁੰਡਿਆਂ ਨੇ, ਇੱਧਰ ਮੋਗੇ ਇੰਨੀ ਅਤੇ ਹੋਰ ਇੱਧਰ ਪਰਲੇ ਪਾਸੇ ਆਪਣੇ ਲੁਧਿਆਣੇ ਇੰਨੀ, ਇੱਧਰ ਕੋਟ ਕਰੋੜ ਇੰਨੀ, ਕਈ ਕਈ ਥਾਵਾਂ ਦੇ ਉੱਤੇ ਮੁੰਡਿਆਂ ਨੇ ਆਪ ਮੁਹਾਰੇ ਵੀ ਜਿਹੜੇ ਟੋਲ ਟਾਲਾਂ ਦੇ ਉੱਤੇ ਪਰਚੀਆਂ ਦਾ ਕੀਤਾ ਇਹਨਾਂ ਨੇ ਕੰਮ, ਅਤੇ ਆਪਣਾ ਨੰਘਾਈਆਂ ਨੇ ਗੱਡੀਆਂ, ਸਾਰਾ ਕੁਛ ਸਾਧਨ ਨੰਘਾਏ ਨੇ ਜਿਹੜੇ ਬਿਨਾਂ ਪਰਚੀ ਤੋਂ, ਅਤੇ ਉਹਨਾਂ ਦਾ ਵੀ ਧੰਨਵਾਦ ਹੈ। ਅਤੇ ਕੱਲ੍ਹ ਨੂੰ ਫਿਰ 7 ਦਿਨ ਆਪਾਂ ਹੀ ਚੱਲਣਾ, ਹੁਣ ਆ ਜਾਓ, ਹੁਣ 7 ਦਿਨ ਆਪਾਂ ਘਰੇ ਨਹੀਂ, ਬਾਹਰ ਸੜਕਾਂ ਦੀ ਰਾਤਾਂ ਗੁਜ਼ਾਰਨੀਆਂ ਨੇ, ਕੋਈ ਗੱਲ ਨਹੀਂ। ਇਹ ਤਾਂ ਕੌਮ ਹਮੇਸ਼ਾ ਤੋਂ ਹੀ ਜੰਗਲਾਂ ਦੇ ਵਿੱਚ ਭੁੱਖੇ ਰਹਿ ਕੇ ਅਤੇ ਛੋਲੇ ਛਾਲੇ ਚੱਬ ਕੇ ਅਤੇ ਪੱਤੇ ਪੁੱਤੇ ਚੱਬ ਕੇ ਗੁਜ਼ਾਰਾ ਕਰਕੇ ਵੱਡੀਆਂ ਵੱਡੀਆਂ ਲੜਾਈਆਂ ਲੜ ਕੇ ਜੰਗਾਂ ਜਿੱਤਣ ਵਾਲੀ ਕੌਮ ਰਹੀ ਹੈ। ਆਪਣੇ ਇਤਿਹਾਸ ਨੂੰ ਯਾਦ ਕਰ ਲਿਆ ਕਰਕੇ, ਛੱਡਦੇ ਹੁਣ ਏਸੀਆਂ ਉਸੀਆਂ ਦੇ ਖਹਿੜੇ, ਅਤੇ ਰਾਤਾਂ ਨੂੰ ਕੋਈ ਗੱਲ ਨਹੀਂ, ਕੋਈ ਬਾਹਲਾ ਫਰਕ ਨਹੀਂ ਪੈਂਦਾ ਹੁੰਦਾ ਜੇ ਆਪਾਂ 5-7 ਰਾਤਾਂ, 10 ਰਾਤਾਂ, 20 ਰਾਤਾਂ ਬਾਹਰ ਕੱਢ ਲਈਏ, ਲੜਾਈ ਫੇਰ ਹੀ ਜਿੱਤੇ ਜਾਣ। ਧੰਨਵਾਦ, ਚਾਹੁੰਦੇ ਵੱਸਦੇ ਰਹੋ, ਅਤੇ ਮੇਰੇ ਦਿੱਤੇ ਹੋਏ ਮੇਰਾ ਵੀਰ ਸੁਨੇਹਿਆਂ ਦੇ ਉੱਤੇ ਕੱਲ੍ਹ ਨੂੰ ਹੁਣ ਆਪੋ ਆਪਣੇ ਥਾਵਾਂ ਦੇ ਉੱਤੇ ਡਟ ਜਾਓ। ਵਾਹਿਗੁਰੂ ਜੀ ਕਾ ਖਾਲਸਾ,